ਨੇ ਇੱਕ ਵਾਰ ਰੱਬ ਵਿੱਚ ਤੇ ਮਾਇਆ ਵਿੱਚ ਸ਼ਰਤ ਲੱਗੀ। ਰੱਬ ਨੇ ਕਿਹਾ ਮਾਇਆ ਦੇਖ ਦੁਨੀਆ ਮੈਨੂੰ ਪੂਜਦੀ ਹੈ, ਘਰ ਘਰ ਲੋਕ ਮੇਰੇ ਨਾਮ ਦੀ ਜੋਤ ਜਗਾਉਂਦੇ ਨੇ, ਘਰ ਘਰ ਦੇ ਅੰਦਰ ਲੋਕ ਮੈਨੂੰ ਪੂਜਦੇ ਨੇ, ਗੁਰਦੁਆਰੇ ਮੰਦਿਰ ਮਸਜਿਦ ਸਭ ਲੋਕ ਮੈਨੂੰ ਪੂਜ ਰਹੇ ਨੇ। ਮਾਇਆ ਤੈਨੂੰ ਮੈਂ ਬਣਾਇਆ ਜ਼ਰੂਰ ਹੈ ਬਲਸ਼ਾਲੀ, ਪਰ ਤੂੰ ਮੇਰੇ ਨਾਲੋਂ ਵੱਡੀ ਨਹੀਂ ਹੋ ਸਕਦੀ। ਕਹਿੰਦੇ ਰੱਬ ਦੀ ਬਣਾਈ ਮਾਇਆ ਨੇ ਹੱਸ ਕੇ ਕਿਹਾ ਰੱਬ ਜੀ ਮੰਦਿਰ ਤਾਂ ਤੁਹਾਡੇ ਹੀ ਬਣੇ ਨੇ, ਗੁਰਦੁਆਰੇ ਮਸਜਿਦ ਮੰਦਿਰ ਤੁਹਾਡੇ ਬਣੇ ਨੇ, ਲੋਕ ਜੋਤਾਂ ਤੁਹਾਡੀਆਂ ਲਾਉਂਦੇ ਨੇ, ਨਾਮ ਤੁਹਾਡਾ ਹੀ ਜਪਦੇ ਨੇ, ਪਰ ਅਸਲੀਅਤ ਇਹ ਹੈ ਸਭ ਕੁਝ ਕਰਕੇ ਮੰਗਦੇ ਮੈਨੂੰ ਹੀ ਨਹੀਂ ਹੋ। ਗੁਰਦੁਆਰੇ ਮੰਦਿਰ ਤੁਹਾਡੇ ਜ਼ਰੂਰ ਨੇ, ਪਰ ਉੱਥੇ ਜਾਣ ਵਾਲੇ ਮੰਗਦੇ ਸਿਰਫ ਮੈਨੂੰ ਨੇ। ਤੇ ਰੱਬ ਨੇ ਕਿਹਾ ਨਹੀਂ ਐ ਨਹੀਂ ਹੋ ਸਕਦਾ। ਤੇ ਕਹਿੰਦੇ ਮਾਇਆ ਨੇ ਕਿਹਾ ਵੀ ਵੇਖ ਲਓ ਫਿਰ, ਚਲੋ ਸ਼ਰਤ ਲੱਗਦੀ। ਇੱਕ ਉਹ ਬੰਦਾ ਲੱਭਿਆ ਜਿਹੜਾ ਨਾਮ ਜਪ ਰਿਹਾ, ਉਹ ਬੰਦਾ ਲੱਭਿਆ ਜਿਹੜਾ ਸਭ ਤੋਂ ਪਹਿਲਾਂ ਜਾਗਦਾ, ਇਸ਼ਨਾਨ ਪਾਣੀ ਕਰਦਾ, ਬੜਾ ਪੂਜਾ ਪਾਠ ਕਰ ਰਿਹਾ, ਪਰ ਘਰੋਂ ਗਰੀਬ ਹੈ। ਤੇ ਕਹਿੰਦੇ ਨੇ ਉਸ ਜਗ੍ਹਾ ਉੱਤੇ ਮਾਇਆ ਫਿਰ ਰੂਪ ਧਾਰਨ ਕਰਕੇ ਆ ਗਈ। ਰੱਬ ਨੇ ਕਿਹਾ ਪਹਿਲਾਂ ਮੈਂ ਜਾਂਦਾ ਤੇ ਬਾਅਦ ਵਿੱਚ ਮਾਇਆ ਤੂੰ ਆਈ, ਵੇਖਦੇ ਆ ਸਤਿਕਾਰ ਕਿਹਦਾ, ਕਿਉਂਕਿ ਲੋਕ ਪੂਜਾ ਰੱਬ ਦੀ ਕਰਦੇ ਨੇ, ਨਾਮ ਰੱਬ ਦਾ ਜਪਦੇ ਨੇ। ਜਦੋਂ ਦੇ ਘਰ ਵਿੱਚ ਰੱਬ ਮਾਨਸ ਦੇ ਦਾ ਭੇਖ ਧਾਰਨ ਕਰਕੇ ਚਲਾ ਗਿਆ, ਸਾਧੂ ਬਣ ਕੇ ਘਰ ਵਿੱਚ ਪ੍ਰਵੇਸ਼ ਕੀਤਾ, ਉਹਨੇ ਜੀਵ ਆਇਆ ਕਿਹਾ ਵੀ ਚਲੋ ਸਾਧੂ ਹੈ, ਜਲ ਪਾਣੀ ਛਕਾਇਆ, ਹੁਣ ਉਹ ਸਾਧੂ ਭੇਖ ਵਿੱਚ ਸਰੀਰ ਕਹਿੰਦਾ ਵੀ ਮੈਂ ਰੱਬ ਹਾਂ। ਤੂੰ ਬੰਦਾ ਕਹਿੰਦਾ ਠੀਕ ਹੈ ਹੋਏਗਾ ਰੱਬ, ਪਰ ਮੈਂ ਕਿਵੇਂ ਮੰਨ ਲਾ ਵੀ ਤੂੰ ਰੱਬ ਹੈ। ਮੈਂ ਰੱਬ ਨੂੰ ਮੰਨਦਾ, ਉਹਦਾ ਨਾਮ ਜਪਦਾ, ਪਰ ਐ ਕਿਵੇਂ ਮੰਨ ਲਾ ਰੱਬ। ਉਹ ਕਹਿੰਦਾ ਤੂੰ ਮੰਨ ਲਾ ਬਈ ਮੈਂ ਰੱਬ ਹਾਂ। ਕਹਿੰਦਾ ਚਲੋ ਸਾਧੂ ਸੰਤ ਰੱਬ ਦਾ ਰੂਪ ਹੁੰਦੇ, ਕੋਈ ਨੀ ਜਲ ਪਾਣੀ ਛਕੋ ਸਾਧੂ ਮਹਾਰਾਜ। ਜਲ ਪਾਣੀ ਛਕਾਇਆ, ਘਰ ਵਿੱਚ ਬਿਠਾਇਆ, ਬੜੀ ਇੱਜ਼ਤ ਮਾਣ ਦਿੱਤੀ, ਚਲੋ ਸਾਧੂ ਕਹਿ ਰਿਹਾ ਮੈਂ ਰੱਬ ਹਾਂ, ਹੋ ਸਕਦਾ ਇਹ ਰੱਬ ਹੋਵੇ। ਉਹਨੇ ਤਖਤ ਪੋਸ਼ ਉੱਤੇ ਨਵੀਂ ਚਾਦਰ ਬਿਸਤਰਾ ਵਿਛਾ ਕੇ ਬਿਠਾਇਆ। ਇੰਨੇ ਨੂੰ ਮਾਇਆ ਰੂਪ ਧਾਰਨ ਕਰਕੇ ਆ ਗਈ। ਕਹਿੰਦੇ ਮਾਇਆ ਨੇ ਰੂਪ ਧਾਰਨ ਕੀਤਾ ਹੋਇਆ, ਉਹਨੇ ਪੂਰਾ ਸਰੀਰ ਆਪਣਾ ਸੋਨੇ ਦੇ ਨਾਲ ਗਹਿਣਿਆਂ ਨਾਲ ਲੱਦੀ ਪਈ ਹੈ, ਆ ਕੇ ਦਰਵਾਜ਼ਾ ਖੜਕਾਇਆ। ਅਤ ਸੁੰਦਰ ਮਾਇਆ ਸਰੀਰ ਤੇ ਬੇਅੰਤ ਗਹਿਣੇ ਉਹਦੇ ਲਟਕ ਰਹੇ ਨੇ ਸੋਨੇ ਦੇ। ਉਹਨੇ ਦਰਵਾਜ਼ਾ ਖੜਕਾਇਆ, ਭਗਤ ਬਾਹਰ ਆਇਆ, ਉਹਨੇ ਵੇਖਿਆ ਕੋਈ ਬਹੁਤ ਅਮੀਰ ਮਾਈ ਆਈ ਹੈ। ਹੱਥ ਜੋੜ ਕੇ ਕਿਹਾ ਮਾਈ ਸਾਡੇ ਘਰ ਕਿਵੇਂ? ਉਹਨੇ ਕਿਹਾ ਭਾਈ ਮੈਨੂੰ ਲੋਕ ਮਾਇਆ ਕਹਿੰਦੇ ਨੇ, ਮੇਰੀ ਪੂਜਾ ਕਰਦੇ ਨੇ, ਮੈਂ ਵੀ ਤੇਰੇ ਘਰ ਆਈ ਹਾਂ, ਕੋਈ ਜਲ ਪਾਣੀ ਛਕਾ। ਉਹਨੇ ਕਿਹਾ ਜੀ ਹੁਣੇ ਛਕਾ ਦਿੰਦੇ ਆ। ਅੰਦਰੋਂ ਕਟੋਰਾ ਭਰ ਕੇ ਪਾਣੀ ਦਾ ਲਿਆਇਆ ਤੇ ਕਹਿੰਦੇ ਉਹ ਮਾਇਆ ਨੇ ਕਿਹਾ ਵੀ ਮੈਂ ਕਿਸੇ ਦੇ ਭਾਂਡਿਆਂ 'ਚ ਪਾਣੀ ਨਹੀਂ ਪੀਂਦੀ, ਮੇਰੇ ਆਪਣੇ ਬਰਤਨ ਨੇ, ਮੈਂ ਸੋਨੇ ਦੇ ਬਰਤਨਾਂ ਵਿੱਚ ਪਾਣੀ ਪੀਂਦੀ ਵਾਂ, ਲਿਆ ਪਾਣੀ ਇਹਦੇ ਵਿੱਚ ਪਾ ਦੇ। ਇੱਕ ਸੋਨੇ ਦਾ ਗਲਾਸ ਉਸ ਮਾਈ ਨੇ ਸਾਹਮਣੇ ਕੀਤਾ, ਪਾਣੀ ਭਰਿਆ ਤੇ ਉਹ ਭਗਤ ਵੇਖ ਰਿਹਾ, ਉਹਦੇ ਪਰਿਵਾਰ ਵਾਲੇ ਵੇਖਦੇ ਨੇ। ਉਹਨੇ ਭਰ ਕੇ ਪਾਣੀ ਦਾ ਗਲਾਸ ਸੋਨੇ ਦੇ ਗਲਾਸ ਵਿੱਚ ਪਾ ਕੇ ਪਾਣੀ ਪੀਤਾ। ਪੀਣ ਤੋਂ ਬਾਅਦ ਉਹ ਗਲਾਸ ਮਾਇਆ ਨੇ ਭਗਾ ਕੇ ਉਹਦੇ ਵਿਹੜੇ 'ਚ ਸੁੱਟ ਦਿੱਤਾ। ਤੇ ਉਹ ਬੰਦਾ ਹੱਥ ਜੋੜ ਕਹਿੰਦਾ ਮਾਇਆ ਨੂੰ, ਕਹਿੰਦਾ ਮਾਤਾ ਜੀ ਆਹ ਤੁਸੀਂ ਗਲਾਸ ਸੁੱਟ ਚੱਲੇ ਹੋ ਸੋਨੇ ਦਾ, ਇਹ ਕਿਉਂ ਸੁੱਟ ਦਿੱਤਾ? ਕਹਿੰਦੀ ਵੀ ਮੇਰੀ ਤਾਂ ਇਸ ਤਰ੍ਹਾਂ ਦੀ ਆਦਤ ਹੈ, ਜਿਹੜੀ ਚੀਜ਼ ਵਿੱਚ ਮੈਂ ਕੁਝ ਭਾਂਡੇ 'ਚ ਖਾ ਲਾਂ ਮੈਂ ਉੱਥੇ ਸੁੱਟ ਦਿੰਦੀ ਹਾਂ।
ਜੇ ਮੈਂ ਭਾਂਡੇ ਵਿੱਚ ਜੋ ਵੀ ਖਾਵਾਂ ਪੀਵਾਂ ਮੈਂ ਉਹਨੂੰ ਦੁਬਾਰਾ ਨਹੀਂ ਵਰਤਦੀ, ਇੱਕੋ ਵਾਰ ਮੈਂ ਵਰਤਦੀ ਵਾਂ, ਉਹਦੇ ਵਿੱਚ ਜੋ ਖਾ ਲਾਂ ਉਹ ਭਾਂਡਾ ਉੱਥੇ ਸੁੱਟ ਦੇਈਦਾ, ਮੈਂ ਪਾਣੀ ਪੀਤਾ, ਹੁਣ ਦੁਬਾਰਾ ਇਹ ਜੂਠਾ ਭਾਂਡਾ ਨਹੀਂ ਵਰਤ ਸਕਦੀ, ਇਹਨੂੰ ਇੱਥੇ ਸੁੱਟ ਦਿੱਤਾ। ਤੇ ਦਵਾ ਦਾ ਬੇੜੇ ਵਿੱਚੋਂ ਬੰਦੇ ਨੇ ਚੁੱਕਿਆ, ਗੌਰ ਨਾਲ ਵੇਖਿਆ ਸੋਨੇ ਦਾ ਗਲਾਸ ਹੈ, ਤੇ ਹੁਣ ਹੱਥ ਜੋੜ ਕੇ ਕਹਿੰਦਾ ਜੀ ਇੱਕ ਗਲਾਸ ਹੋਰ ਪੀਓਗੇ ਪਾਣੀ ਦਾ, ਇਹਦਾ ਮਤਲਬ ਹੈ ਦੂਜਾ ਵੀ ਸੁੱਟ ਜਾਣਾ, ਕੋਈ ਜਲ ਪਾਣੀ ਹੋਰ ਛਕੋ, ਐ ਬਾਹਰੋ ਨਾ ਜਾਓ, ਹੋਰ ਕੋਈ ਛਕਣਾ, ਇੱਕ ਗਲਾਸ ਹੋਰ ਪਾਣੀ ਦਾ ਪੀਓ। ਉਹਨੇ ਕਿਹਾ ਭਗਤਾ ਪਾਣੀ ਵੀ ਪੀਵਾਂਗੀ, ਭੋਜਨ ਪ੍ਰਸ਼ਾਦਾ ਵੀ ਛਕਾਂਗੀ। ਫਿਰ ਤੇ ਮਨ ਚ ਆਇਆ ਵੀ ਥਾਲ ਕੌਲੀ ਗਲਾਸ ਚਮਚਾ ਕਿੰਨੇ ਭਾਂਡੇ ਹੋ ਜਾਣੇ, ਜੀ ਭੋਜਨ ਵੀ ਛਕੋਗੇ? ਹਾਂ ਭੋਜਨ ਵੀ ਛਕਾਂਗੀ, ਜਲ ਪਾਣੀ ਛਕਾਂਗੀ, ਭੋਜਨ ਵੀ ਛਕਾਂਗੀ, ਪ੍ਰਸ਼ਾਦਾ ਛਕਾਂਗੀ, ਪਰ ਜਿਹੜਾ ਬੰਦਾ ਅੰਦਰ ਬਿਠਾਇਆ ਹੋਇਆ ਨਾ ਪਹਿਲਾਂ ਉਹਨੂੰ ਬਾਹਰ ਕੱਢ, ਮੈਂ ਉਹਦੀ ਜਗ੍ਹਾ ਤੇ ਪਲੰਘ ਤੇ ਬਹਿਣਾ, ਉਹਨੂੰ ਬਾਹਰ ਕੱਢ। ਉਹ ਭਗਤ ਕਹਿੰਦਾ ਜੀ ਉਹ ਤਾਂ ਸਾਧੂ, ਉਹ ਤਾਂ ਕਹਿੰਦਾ ਮੈਂ ਰੱਬ ਹਾਂ। ਕਹਿੰਦੀ ਫਿਰ ਦੇਖ ਲਾ, ਨਹੀਂ ਤਾਂ ਮੈਂ ਜਾ ਰਹੀ ਹੈ। ਉਸੇ ਵਕਤ ਉਹਨੇ ਹੱਥ ਜੋੜ ਕੇ ਰੱਬ ਨੂੰ ਵੀ ਕਿਹਾ, ਮਹਾਰਾਜ ਤੁਸੀਂ ਜਰਾ ਜਾਓ, ਮੈਂ ਮਾਇਆ ਦੀ ਸੇਵਾ ਕਰਨੀ ਹੈ, ਤੁਸੀਂ ਫਿਰ ਕਿਤੇ ਆ ਜਾਓ। ਸਾਧੂ ਮਹਾਰਾਜ, ਉਹ ਕਹਿੰਦਾ ਮੈਂ ਰੱਬ ਹਾਂ। ਕਹਿੰਦਾ ਕੋਈ ਗੱਲ ਨੀ, ਰੱਬ ਆ ਤੁਸੀਂ ਜਾਓ। ਸਾਧ ਸੰਗਤ, ਉਹ ਰੱਬ ਉੱਠਿਆ, ਉੱਠ ਕੇ ਚਲਾ ਗਿਆ। ਅਜੇ 10 ਕਦਮ ਬਾਹਰ ਗਿਆ, ਬੇੜੇ ਚੋਂ ਗੇੜਾ ਮਾਰ ਕੇ ਮਾਇਆ ਵੀ ਬਾਹਰ ਚਲੀ ਗਈ। ਰੱਬ ਨੂੰ ਜਾ ਕੇ ਆਵਾਜ਼ ਮਾਰ ਕੇ ਕਹਿੰਦੀ ਹੈ, ਵੇਖ ਲਓ ਦੁਨੀਆ ਕਿਸ ਤਰ੍ਹਾਂ ਦੀ ਹੈ, ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿਤ ਨਾ ਰਹੇ ਕੋਈ, ਇਹ ਸੰਸਾਰ ਮਾਇਆ ਮੋਹ ਦੇ ਅੰਦਰ ਗਲਤਾਨ ਹੈ। ਤੇ ਕਹਿੰਦੇ ਜਦੋਂ ਮਾਇਆ ਬਾਹਰ ਚਲੀ ਗਈ ਨਾ, ਹੁਣ ਉਹ ਭਗਤ ਹੱਥ ਜੋੜ ਕੇ ਕਹਿੰਦੇ, ਮਾਇਆ ਤੁਸੀਂ ਤਾਂ ਕਹਿੰਦੇ ਸੀ ਭੋਜਨ ਪ੍ਰਸ਼ਾਦਾ ਛਕਾਂਗੀ, ਹੁਣ ਤੁਸੀਂ ਬਿਨਾਂ ਛਕਿਆ ਕੁਝ ਵਿਹੜੇ ਤੋਂ ਬਾਹਰ ਚਲੇ ਗਏ, ਕਿਉਂ? ਉਹਨੇ ਕਿਹਾ ਭਗਤਾ ਜਿੱਥੇ ਰੱਬ ਦਾ ਵਾਸਾ ਮੈਨੂੰ ਉੱਥੇ ਮਗਰ ਮਗਰ ਆਉਣਾ ਪੈਂਦਾ। ਇਹ ਵਾਕੇ ਤੇਰੇ ਘਰ ਵਿੱਚ ਰੱਬ ਸੀ, ਸਾਡੀ ਤਾਂ ਸ਼ਰਤ ਲੱਗੀ ਸੀ ਤੇ ਗੱਲ ਵਿਖਾਈ ਹੈ, ਇਹ ਵਾਕੇ ਭਗਤ ਰੱਬ ਸੀ, ਇਹ ਕੋਈ ਸਾਧੂ ਨਹੀਂ ਸੀ, ਸਾਕਸ਼ਾਤ ਰੱਬ ਹੈ। ਜਿੱਥੇ ਰੱਬ ਦਾ ਵਾਸਾ ਹੈ ਉੱਥੇ ਮਾਇਆ ਨੂੰ ਤਾਂ ਆਉਣਾ ਹੀ ਪੈਂਦਾ, ਤੂੰ ਰੱਬ ਨੂੰ ਘਰੋਂ ਕੱਢ ਦਿੱਤਾ, ਮਾਇਆ ਕਿਵੇਂ ਤੇਰੇ ਘਰ ਚ ਰਹਿ ਜਾ।